ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਮਨਚੂਰੀਅਨ ਬਣਾਵਾਂਗੇ, ਗਾਜਰ ਦਾ, ਗੋਭੀ ਦਾ, ਫੁੱਲ ਗੋਭੀ ਦਾ, ਸ਼ਿਮਲਾ ਮਿਰਚ, ਹਰੀ ਮਿਰਚ ਪਾ ਕੇ ਆਪਾਂ ਮਨਚੂਰੀਅਨ ਬਣਾਵਾਂਗੇ। ਇਹਨਾਂ ਨੂੰ ਆਪਾਂ ਧੋਵਾਂਗੇ ਪਹਿਲਾਂ। ਚੰਗੀ ਤਰ੍ਹਾਂ ਧੋ ਲਾਂਗੇ। ਇਹਨਾਂ ਨੂੰ ਆਪਾਂ ਗੋਭੀ ਨੂੰ, ਇਸ ਬੰਦ ਗੋਭੀ ਨੂੰ ਅਤੇ ਫੁੱਲ ਗੋਭੀ ਨੂੰ ਕੱਦੂਕਸ ਕਰ ਲਾਂਗੇ ਆਪਾਂ, ਨਾਲੇ ਮਿਰਚ ਗਾਜਰਾਂ ਨੂੰ। ਮਿਰਚ ਆਪਾਂ ਬਰੀਕ ਬਰੀਕ ਚੀਰਾਂਗੇ। ਇਹ ਇਹ ਆਪਾਂ ਧੋ ਲਏ ਹੁਣ, ਅਤੇ ਹੁਣ ਆਪਾਂ ਕੱਦੂਕਸ ਕਰਾਂਗੇ। ਲਓ ਆਪਾਂ ਸਾਰਾ ਕੁਛ ਕੱਦੂਕਸ ਕਰ ਲਿਆ, ਅਤੇ ਇਹਨੂੰ ਆਪਾਂ ਰਲਾ ਦਿਆਂਗੇ ਹੁਣ। ਥੋੜ੍ਹਾ ਜਿਹਾ ਆਪਾਂ ਵਿੱਚ ਲੂਣ ਪਾ ਦਿਆਂਗੇ, ਅਤੇ ਜਿਹੜਾ ਪਾਣੀ ਨਿਕਲਣਾ ਉਹ ਨਿਕਲ ਜੂ ਉਹਦੇ ਨਾਲ, ਮੁੜ ਕੇ ਆਪਾਂ ਨਿਚੋੜ ਕੇ ਕੱਢ ਦਿਆਂਗੇ। ਇੰਨਾ ਕੁ ਆਪਾਂ ਲੂਣ ਪਾ ਦਿਆਂਗੇ, ਲੂਣ ਪਾ ਕੇ ਆਪਾਂ ਰਲਾ ਦਿਆਂਗੇ। ਲਓ ਹੁਣ 5 ਮਿੰਟ ਹੋ ਗਏ ਆਪਾਂ ਲੂਣ ਪਾਏ ਨੂੰ, ਅਤੇ ਆਪਾਂ ਹੁਣ ਪਾਣੀ ਕੱਢਾਂਗੇ ਤਾਂ ਨਿਚੋੜ ਕੇ। ਲਓ ਆਪਾਂ ਪਾਣੀ ਸਾਰਾ ਨਿਚੋੜਤਾ। ਹੁਣ 2 ਚਮਚੇ ਕਾਰਨਫਲੋਰ ਦੇ, 3 ਚਮਚੇ ਮੈਦੇ ਦੇ, ਇਹ ਆਪਾਂ ਵਿੱਚ ਪਾ ਦਿਆਂਗੇ। ਸੋਇਆ ਸੋਸ ਹੈ, ਆਪਾਂ 1 ਚਮਚਾ ਕੇ ਇਹਦਾ ਪਾਵਾਂਗੇ। ਆਹ ਟਮਾਟਰ ਸੋਸ ਹੈ, 1 ਚਮਚਾ ਹੀ ਆਪਾਂ ਇਹਦਾ ਪਾਵਾਂਗੇ। ਆਹ ਚਿੱਲੀ ਸੋਸ ਹੈ, 1 ਚਮਚਾ ਹੀ ਇਹ ਪਾਉਣਾ ਹੈ। ਹੁਣ ਆਪਾਂ ਇਹਨੂੰ ਰਲਾ ਦਿਆਂਗੇ ਚੰਗੀ ਤਰ੍ਹਾਂ।
हूँ आप थोड़ा थोड़ा लून मिर्च पावे, लून थोड़ी जी मिर्च पावे, आप चंगी तरह ला लेंगे। आप हम छोटे छोटे गोले वटांगे, ये इस तरह करके वट लांगे। बना ले तो हम आप अग बालेंगे तो कढ़ाई धरेंगे। परफेंट पावांगे, रिफाइंड गर्म हो गया, हम आप मंचूरियन पावांगे। चार चार करके पावांगे, लो अपने मंचूरियन ब्राउन हो गए तो हम आप कढ़ देंगे। एवें एवें करके आप सारे बना लेंगे। ये बन गए हूँ अपने, तो आप इन्हों भी कढ़ांगे बाहर, ब्राउन हो गए हैं सारे बन गए ये, तो हूँ आप कढ़ाई लावे घ्यो कढ़ांगे बिच रिफाइंड कढ़ांगे। आप रुको रिफाइंड कढ़ांगे तो थोड़ा जहा बिच रखांगे तड़का लाने नूं। हूँ आप कढ़ाई फिर तह कर देंगे चुल्हे ते। जिहड़ी आप तरी वीडियो बना के दिखाई सी वह अपने को मसाला पिया है तो वह भी पावे, आप थोड़ा थोड़ा लून मिर्च पावे। थोड़ा लून पावे बस इन्ना घटा है थोड़ा जहा, थोड़ा जहा गर्म मसाला पावे। थोड़ी जी आप सोया सॉस पावे दो ढाई चमचे।
ਜਿਹਾ ਆਪਾਂ ਪਾਣੀ ਪਾਵਾਂਗੇ। ਲਓ ਆਪਣਾ ਮਸਾਲਾ ਰਿੱਝਣ ਲੱਗ ਗਿਆ, ਹੁਣ ਮਨਚੂਰੀਆਂ ਪਾਵਾਂਗੇ ਵਿੱਚ ਆਪਾਂ। ਬਸ ਆਪਾਂ 2 ਕੁ ਮਿੰਟ ਸੇਕ ਲਵਾਵਾਂਗੇ, ਫਿਰ ਲਾ ਲਵਾਂਗੇ। ਲਓ ਹੁਣ ਆਪਾਂ ਮਨਚੂਰੀਆਂ ਬਣ ਗਏ ਅਤੇ ਆਪਾਂ ਲਾਵਾਂਗੇ। ਆਪਾਂ ਨਾਲੋ ਨਾਲ ਇਹਦੇ 'ਚ ਪਾ ਦਿਆਂਗੇ ਡੱਬੇ 'ਚ। ਕਿੱਡੇ ਵਧੀਆ ਬਣੇ ਆ ਮਨਚੂਰੀਆਂ, ਦੇਖੋ ਬਹੁਤ ਵਧੀਆ ਬਣੇ ਹੈਗੇ, ਬਹੁਤ ਮਹਿਕ ਸੋਹਣੀ ਆਉਂਦੀ ਹੈ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।